ਤੁਸੀਂ ਇਹ ਕਹਿੰਦੇ ਰਹੇ ਅਸੀਂ ਉਹਨਾਂ ਨੂੰ ਟਿਕਟਾਂ ਦੇਵਾਂਗੇ ਜਿਹੜੇ ਸਾਡੇ ਨਾਲ ਸ਼ੁਰੂ ਤੋਂ ਚੱਲੇ ਨੇ ਅਸੀਂ ਉਹਨਾਂ ਨੂੰ ਟਿਕਟਾਂ ਦੇਵਾਂਗੇ ਜਿਹੜੇ ਦਰਿਆ ਝਾੜਦੇ ਰਹੇ ਨੇ ਡਿੰਪੀ ਢੱਲੋਂ ਨੇ ਕਿੰਨੀਆਂ ਕਿ ਦਰਿਆ ਝਾੜੀਆਂ ਨੇ ਡਿੰਪੀ ਢੱਲੋਂ ਨੇ ਕਿਹੜੇ ਪੋਸਟਰ ਜਿਹੜੇ ਹੈਗੇ ਉਹ ਪੰਜਾਬ ਦੀਆਂ ਕਿਹੜੀਆਂ ਕੰਧਾਂ ਤੇ ਜਾਂ ਗਿੱਦੜ ਵੇਦੀਆਂ ਕਿਹੜੀਆਂ ਕੰਧਾਂ ਤੇ ਪੋਸਟਰ ਲਾਏ ਨੇ ਪਰ ਜਿੰਨੀ ਕੇ ਚਾਰਾਂ ਦੀ ਲਿਸਟ ਆ ਨਾ ਤਾਂ ਮੈਨੂੰ ਕੋਈ ਟਾਇਰ ਦੇ ਪੈਂਚਰ ਵਾਲ ਦਿਖਦਾ ਇਹਨਾਂ ਚੋਂ ਨਾ ਹੀ ਕੋਈ ਮੋਬਾਈਲ ਠੀਕ ਕਰਨਾ ਦਿਖਦਾ ਤੇ ਨਾ ਹੀ ਮੱਲਾ ਸ਼ਾਇਦ ਕੋਈ ਪੋਸਟਰ ਲਾਉਣ ਵਾਲਾ ਜਿਹੜਾ ਹੈਗਾ ਉਹ ਦਿਂਦਾ ਆ ਕੀ ਆਮ ਆਦਮੀ ਪਾਰਟੀ ਕੋਲੇ ਚੱਬੇਵਾਲ ਦੇ ਵਿੱਚ ਰਾਜਕੁਮਾਰ ਚੱਬੇਵਾਲ ਦੇ ਸਪੁੱਤਰ ਤੋਂ ਬਿਨਾ ਕੋਈ ਚੱਜਦਾ ਉਮੀਦਵਾਰ ਹੈ ਕਿ ਹੁਣ ਤੱਕ ਜਦੋਂ ਤੋਂ ਆਮ ਆਦਮੀ ਪਾਰਟੀ ਬਣੀ ਆ ਉਦੋਂ ਤੋਂ 214 ਦੀ ਗੱਲ ਕਰਗੇ ਉਸ ਤੋਂ ਪਹਿਲਾਂ ਦੀ ਗੱਲ ਕਰੇ ਕਿ ਉਦੋਂ ਤੋਂ ਚੱਬੇਵਾਲ ਪਰਿਵਾਰ ਨਾਲ ਰਿਹਾ ਜਾਂ ਫਿਰ ਕੀ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਉੱਥੇ ਕੋਈ ਵजूद ਹੀ ਹੈ ਨਹੀਂ ਸੀ ਜਦੋਂ ਰਾਜਕੁਮਾਰ ਚੱਬੇਵਾਲ ਆਉਂਦੇ ਆ ਵजूद ਉਹਦੀ ਬਣਦਾ ਤਾਂ ਕਰਕੇ ਉਹਦੇ ਸਪੁੱਤਰ ਨੂੰ ਜਿਹੜੀ ਹੈਗੀ ਟਿਕਟ ਦਿੱਤੀ ਜਾਂਦੀ ਆ ਉਹ ਜਿਹੜੇ 214 ਦੇ ਵਿੱਚ ਦਰੀਆਂ ਛਾੜਦੇ ਰਹੇ ਆ ਜਿਹੜੇ 214 ਦੇ ਵਿੱਚ ਪੋਸਟਰ ਲਾਉਂਦੇ ਰਹੇ ਆ ਜਿਹੜੇ 214 ਦੇ ਵਿੱਚ ਝਾੜੂ ਚੱਕਦੇ ਰਹੇ ਆ ਜਿਹੜੇ 214 ਤੋਂ ਪਹਿਲਾਂ ਵੀ ਟੋਪੀਆਂ ਆਪਦੇ ਸਿਰ ਤੇ ਪਹਿਨਦੇ ਰਹੇ ਕਿਉਂ ਜੇ ਨਿਰਾਸ਼ ਨਹੀਂ ਹੋਏ ਹੋਣਗੇ ਟੈਂਪੀਟਨ ਦੀ ਗੱਲ ਕਰ ਲਓ ਹੋਰ ਪਾਰਟੀ ਦੇ ਵਿੱਚੋਂ ਆਏ ਔਨਸਰ ਟਿਕਟ ਮਿਲਦੀ ਹੈ ਹਰਿੰਦਰ ਧਾਲੀਵਾਲ ਦੀ ਤੁਸੀਂ ਗੱਲ ਕਰ ਲਓ ਮੀਥਰ ਦੇ ਕਰੀਬੀ ਨੇ ਮੀਥਰ ਦੇ ਵੱਲੋਂ ਟਿਕਟ ਜਿਹੜੀ ਹੈਗੀਆ ਉਹ ਦਵਾਈ ਗਈ ਆ ਆਸ਼ਾਨ ਚੱਬੇਲ ਦੀ ਗੱਲ ਕਰ ਲਓ ਰਾਜਕੁਮਾਰ ਚੱਬੇਲ ਦੇ ਸੁਪੁੱਤਰ ਨੇ ਪਹਿਲਾਂ ਪਿਤਾ ਜੀ ਮੈਂਬਰ ਆਫ ਪਾਰਲੀਮੈਂਟ ਬਣਦੇ ਤੇ ਪੁੱਤਰ ਐਮਲ ਦੀ ਚੋਣ ਲੜਦਾ ਫਿਰ ਹੁਣ ਕਿਵੇਂ ਮੰਨ ਲੀਏ ਵੀ ਆਮ ਲੋਕਾਂ ਦੀ ਪਾਰਟੀ ਕਿਵੇਂ ਮੰਨ ਲੀਏ ਆਮ ਘਰਾਂ ਦੇ ਵਿੱਚੋਂ ਉੱਠ ਕੇ ਕੋਈ ਐਮਐਲਏ ਐਮਪੀ ਬਣ ਜੂਗਾ ਸੱਚੇ ਆਕਾਲ ਮੈਂ ਹਾਂ ਮਨਜੀਤ ਸਿੰਘ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਲੈ ਕੇ ਹਾਜਰਾ ਪ੍ਰੋਗਰਾਮ ਕਲ ਪਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਆਮ ਆਦਮੀ ਪਾਰਟੀ ਦਾ ਸ਼ੁਰੂ ਤੋਂ ਹੀ ਕਹਿਣਾ ਰਿਹਾ ਕਿ ਸਾਡੇ ਦਾਵੇਜ਼ਾਰ ਉਮੀਦਵਾਰ ਉਹ ਹੋਣਗੇ ਜਿਹੜੇ ਦਰਿਆ ਛਾੜਦੇ ਰਹੇ ਨੇ ਜਿਹੜੇ ਪੋਸਟਰ ਲਗਾਉਂਦੇ ਰਹੇ ਨੇ ਅੱਜ ਉਹਨਾਂ ਨੇ 4 ਸੀਟਾਂ ਤੇ ਆਪਣੇ ਦਾਵੇਜ਼ਾਰ ਖੜੇ ਕੀਤੇ ਨੇ ਇਸ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਜਸ ਕਰੇਵਾਲ ਹੋਣਗੇ ਜਸ ਕਿਵੇਂ ਸੋਚਣੇ ਸਾਰੀ ਗੱਲਬਾਤ ਕੀ ਕਰਨਾ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਭੂਮਿਕਾ ਦੇ ਵਿੱਚ ਇੱਕ ਗੱਲ ਕਹੀ ਆ ਕਿ ਆਮ ਆਦਮੀ ਪਾਰਟੀ ਉਹ ਕਹਿੰਦੀ ਰਹੀ ਆ ਕਿ ਸਾਡੇ ਦਾਵੇਦਾਰ ਦਰੀਆਂ ਝਾੜਨ ਵਾਲੇ ਹੋਣਗੇ ਸਾਡੇ ਦਾਵੇਦਾਰ ਪੋਸਟਰ ਲਾਉਣ ਵਾਲੇ ਹੋਣਗੇ ਵੱਡੀ ਗੱਲ ਸਾਡੇ ਦਾਵੇਦਾਰ ਆਮ ਘਰਾਂ ਦੇ ਵਿੱਚੋਂ ਉੱਠੇ ਹੋਣਗੇ ਹੁਣ ਜੇ ਅੱਜ ਦੇ ਉਮੀਦਵਾਰਾਂ ਦੀ ਸੂਚੀ ਤੇ ਨਜ਼ਰ ਜਿਹੜੀ ਆ ਉਹ ਮਾਰਦੇ ਆ ਸ਼ੁਰੂਆਤ ਜੇਕਰ ਆਪਾਂ ਆਪਣੇ ਗਿੱਧੜ ਬਹੇ ਤੋਂ ਨੇੜਲੇ ਹਲਕੇ ਗਿੱਧੜ ਬਹੇ ਤੋਂ ਕਰ ਲਗੇ ਹਾਲਾਂਕਿ ਇਹਦੇ ਵਿੱਚ ਕੋਈ ਦੁਚਿੱਤੀ ਨਹੀਂ ਸੀ ਤੇ ਕਿਸੇ ਦੇ ਮਨਾਂ ਦੇ ਵਿੱਚ ਸ਼ੰਕਾ ਵੀ ਨਹੀਂ ਸੀ ਜਦੋਂ ਹਰਦੀਪ ਸਿੰਘ ਡਿੰਪੀ ਢੱਲੋਂ ਜਿਹੜੇ ਆ ਉਹ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਤਾਂ ਸੁਭਾਵਿਕ ਤੌਰ ਤੇ ਅੰਦਰ ਖਾਤੇ ਗੱਲਾਂ ਸਿੱਧੀਆਂ ਹੋਈਆਂ ਹੋਣਗੀਆਂ ਕਿ ਭਾਈ ਆਮ ਆਦਮੀ ਪਾਰਟੀ ਦੇ ਵੱਲੋਂ ਤੁਹਾਨੂੰ ਚੋਣ ਲੜਾਵਾਗੇ ਤੇ ਡਿੰਪੀ ਢੱਲੋਂ ਹੋਰਾਂ ਦੇ ਮਨ ਦੇ ਵਿੱਚ ਵੀ ਬਲਬਲੇ ਹੋਣਗੇ ਕਿ ਮੇਰਾ ਐਮਐਲਏ ਬਣ ਦਾ ਸੁਪਨਾ ਸ਼ਾਇਦ ਇਸ ਵਾਰੀ ਸਰਕਾਰ ਆ ਸਰਕਾਰ ਦੇ ਵਿੱਚ ਪੂਰਾ ਹੋ ਜੇ ਕਿਉਂਕਿ ਆਮ ਤੌਰ ਤੇ ਜਮਨੀ ਚੋਣਾਂ ਦੇ ਵਿੱਚ ਉਹ ਕਿਆ ਸਰਆਂ ਲਾਈਆਂ ਜਾਂਦੀਆਂ ਨੇ ਇਹੋ ਸੋਚਿਆ ਜਾਂਦਾ ਜੇ ਇਹੋ ਮੰਨ ਕੇ ਚੱਲਿਆ ਜਾਂਦਾ ਕਿ ਜ਼ਿਮਨੀ ਚੋਣ ਹਮੇਸ਼ਾ ਜਿਹੜੀ ਹੈਗੀ ਉਹ 77 ਪਾਰਟੀ ਦੇ ਹਿੱਸੇ ਦੇ ਵਿੱਚ ਆਉਂਦੀ ਹੈ 77 ਦੇ ਹਿੱਸੇ ਦੇ ਵਿੱਚ ਆਉਂਦੀ ਹੈ ਚਾਹੇ ਪਿਛਲੀਆਂ ਜ਼ਿਮਨੀ ਚੋਣਾਂ ਦੀ ਆਪਾਂ ਜਲੰਧਰ ਦੀ ਜ਼ਿਮਨੀ ਚੋਣ ਦੀ ਚਾਹੇ ਗੱਲ ਕਰ ਲਈਏ ਪਰ ਇੱਥੇ ਨਿਰਾਸ਼ਤਾ ਆਮ ਘਰਾਂ ਦੇ ਮੁੰਡਿਆਂ ਦੇ ਪੱਲੇ ਪਈ ਹੈ ਜੀ ਡਿੰਪੀ ਟੋਂ ਤਾਂ ਆਪਣੇ ਆਪ ਨੂੰ ਕਹਿੰਦੇ ਨੇ ਕਿ ਸਾਡੇ ਕੋਲ ਤਾਂ 40 ਕਿੱਲੇ ਬਾਹਣਾ ਤੇ ਮੈਂ ਤਾਂ ਆਮ ਕਰਦਾ ਜੇ 40 ਕਿੱਲੇ ਆ ਆਮ ਕਰਦਾ ਫਿਰ ਇੱਥੇ ਭਾਈ 2-2 ਕਿੱਲੇ ਵਾਲੇ 2.5-2 ਕਿੱਲੇ ਵਾਲੇ ਫਿਰਦੇ ਆ ਉਹ ਫਿਰ ਕਿਹੜੇ ਕਰਾਂਦੇ ਹੋਏ ਉਦੋਂ ਥੱਲੇ ਵਾਲਾ ਗ੍ਰਾਫ ਸਾਨੂੰ ਵੀ ਦੱਸ ਦਿਓ ਭਈ ਉਦੋਂ ਹੇਠਲਾ ਗ੍ਰਾਫ ਜਿਹੜਾ ਕਿਹੜਾ ਆ ਜਦੋਂ ਡਿੰਪੀ ਤੋਂ ਅਮਨਦੀ ਪਾਰਟੀ ਜੁਆਇਨ ਕਰਦੇ ਨੇ ਬਹੁਤਿਆਂ ਨੂੰ ਤਾਂ ਉਦੋਂ ਇਹ ਆਸਾਂ ਉਮੀਦਾਂ ਲੱਗੀਆਂ ਸੀ ਕਿ ਭਈ ਡਿੰਪੀਟਲ ਨੂੰ ਮਿਲਣ ਆਲੀਆ ਕਟਾਂ ਬਹੁਤ ਦੀਆਂ ਕਟੀਆਂ ਜਾਣੀ ਇੱਥੇ ਦਾਵੇਦਾਰੀ ਦੀ ਗੱਲ ਕਰਗੇ ਤਾਂ ਜੇਕਰ ਪਿਛਲੀ ਵਾਰ ਦੇ ਇਹਨਾਂ ਦੇ ਉਮੀਦਵਾਰ ਜਿਹੜੇ ਨਿਪਤਪਲ ਸ਼ਰਮਾ ਹੋរី ਰਹੇ ਸੀ ਉਹ ਹਾਲੇ ਤੱਕ ਵੀ ਪਾਰਟੀ ਦੇ ਵਿੱਚ ਨੇ ਪਾਰਟੀ ਨਹੀਂ ਛੱਡੀ ਦਾਵੇਦਾਰੀ ਤਾਂ ਉਹਨਾਂ ਦੀ ਵੀ ਬਣਦੀ ਸੀ ਜੇਕਰ ਹੋਰ ਗੱਲ ਕਰੀਏ ਤਾਂ ਸੁਖਜਿੰਦਰ ਕੌਣੀ ਨੇ ਇਹਨਾਂ ਦੇ ਵੱਲੋਂ ਚੇਅਰਮੈਨ ਨੇ ਉਹਨਾਂ ਨੂੰ ਸੌਂਪੀ ਹੋਈ ਹੈ ਦਾਵੇਦਾਰੀ ਉਹਨਾਂ ਦੀ ਵੀ ਬਣਦੀ ਸੀ ਹੁਣ ਸਵਾਲ ਤਾਂ ਇਹ ਖੜਾ ਹੁੰਦਾ ਨਾ ਤੁਸੀਂ ਇਹ ਕਹਿੰਦੇ ਰਹੇ ਹੋ ਕਿ ਅਸੀਂ ਉਹਨਾਂ ਨੂੰ ਟਿਕਟਾਂ ਦੇਵਾਂਗੇ ਜਿਹੜੇ ਸਾਡੇ ਨਾਲ ਸ਼ੁਰੂ ਤੋਂ ਚੱਲੇ ਨੇ ਅਸੀਂ ਉਹਨਾਂ ਨੂੰ ਟਿਕਟਾਂ ਦੇਵਾਂਗੇ ਜਿਹੜੇ ਦਰਿਆ ਝਾੜਦੇ ਰਹੇ ਨੇ ਡਿੰਪੀ ਢੱਲੋਂ ਨੇ ਕਿੰਨੀਆਂ ਕਿ ਦਰਿਆ ਝਾੜੀਆਂ ਨੇ ਡਿੰਪੀ ਢੱਲੋਂ ਨੇ ਕਿਹੜੇ ਪੋਸਟਰ ਜਿਹੜੇ ਹੈਗੇ ਉਹ ਪੰਜਾਬ ਦੀਆਂ ਕਿਹੜੀਆਂ ਕੰਧਾਂ ਤੇ ਜਾਂ ਗਿੱਦੜ ਵੇ ਦੀਆਂ ਕਿਹੜੀਆਂ ਕੰਧਾਂ ਤੇ ਪੋਸਟਰ ਲਾਏ ਨੇ ਫਿਰ ਤੁਸੀਂ ਫਿਰ ਤੁਸੀਂ ਗੱਲ ਇਹ ਕਹਿੰਦੇ ਨੇ ਕਿ ਦੂਜੀਆਂ ਪਾਰਟੀਆਂ ਸਿਸਟਮ ਸਾਡੇ ਚ ਨਹੀਂ ਹੋਣਾ ਪਰਵਾਰ ਬਾਦਲਾ ਸਿਸਟਮ ਜਿਹੜਾ ਤੁਸੀਂ ਕਹਿੰਦੇ ਸੀ ਤਾਂ ਫਿਰ ਭਈ ਇਹ ਤਾਂ ਪਹਿਲਾਂ ਵੀ ਹੋਰ ਪਾਰਟੀ ਦੇ ਵਿੱਚ ਰਹਿ ਕੇ ਉਮੀਦਵਾਰੀਆਂ ਜਿਹੜੇ ਹੈ ਉਹ ਚੋਣਾਂ ਲੜਦੇ ਰਹੇ ਥੋ ਇਸ ਪਾਰਟੀ ਦੇ ਵਿੱਚ ਆਏ ਤਾਂ ਇਸ ਪਾਰਟੀ ਦੇ ਵਿੱਚ ਫਿਰ ਤੁਸੀਂ ਇਹਨਾਂ ਨੂੰ ਨਿਵਾਜਤਾ ਗੱਲ ਮੁੱਖ ਕਿਉਂਕਿ ਦੇਖੋ ਸਾਡਾ ਕੋਈ ਡਿੰਪੀ ਟਲਣਾ ਵੈਰ ਵਿਰੋਧ ਨਹੀਂ ਤੇ ਸਾਡਾ ਕੋਈ ਜਿਹੜੇ ਦੂਸਰੇ ਉਮੀਦਵਾਰਾਂ ਕੋਈ ਇਹਨਾਂ ਨਾਲ ਪਰਪਾ ਨਹੀਂ ਹੈਗਾ ਕਿ ਯਾਰ ਅਸੀਂ ਬੋਲਾਂਗੇ ਪਰ ਕਾਰਨ ਇਹ ਹੈ ਨਾ ਕਿ ਤੁਹਾਡੇ ਬੋਲ ਕੀ ਸੀ ਤੁਹਾਡੇ ਚੋਣਾਂ ਲੜਨ ਤੋਂ ਪਹਿਲਾਂ ਬੋਲ ਕੀ ਸੀ ਤੁਹਾਡੇ ਸੱਤਾ ਚਾਉਣ ਤੋਂ ਪਹਿਲਾਂ ਦੇ ਬੋਲ ਕੀ ਸੀ ਤੁਸੀਂ ਸਟੇਜਾਂ ਤੋਂ ਕੀ ਬੋਲਦੇ ਹੁੰਦੇ ਸੀ ਕੇ ਟਾਇਰ ਪੈਂਚਰ ਲਾਉਣ ਉਹ ਵੀ ਸਾਡਾ ਉਮੀਦਵਾਰ ਰਹੂਗਾ ਜੀ ਮੋਬਾਈਲ ਠੀਕ ਕਰਨ ਮੋਬਾਈਲ ਰਿਪੇਅਰ ਕਰਨ ਵਾਲਾ ਵੀ ਸਾਡਾ ਉਮੀਦਵਾਰ ਰਹੂਗਾ ਜੀ ਪਰ ਜਿੰਨੀ ਕੇ ਚਾਰਾਂ ਦੀ ਲਿਸਟ ਆ ਨਾ ਤਾਂ ਮੈਨੂੰ ਕੋਈ ਟਾਇਰ ਦੇ ਪੈਂਚਰ ਵਾਲ ਦਿੱਸਦਾ ਇਹਨਾਂ ਚੋਂ ਨਾ ਹੀ ਕੋਈ ਮੋਬਾਈਲ ਠੀਕ ਕਰਨਾ ਦਿੱਸਦਾ ਤੇ ਨਾ ਹੀ ਮਲਾ ਸ਼ਾਇਦ ਕੋਈ ਪੋਸਟਰ ਲਾਉਣ ਵਾਲਾ ਜਿਹੜਾ ਹੈਗਾ ਉਹ ਉਹ ਦਿੰਦਾ ਆ ਉਸ ਤੋਂ ਅੱਗੇ ਚੱਲਦੇ ਆ ਤਾਂ ਬਰਨਾਲੇ ਬਲ ਨਿਕਲ ਗਏ ਬਰਨਾਲੇ ਚ ਜਿਹੜੇ ਆਮ ਲੋਕ ਰਾਜਨੀਤੀ ਤੇ ਨਜ਼ਰ ਰੱਖਦੇ ਨੇ ਦੂਰੋਂ ਨਜ਼ਰ ਰੱਖਦੇ ਨੇ ਜੇਕਰ ਉਹਨਾਂ ਨੇ ਅੱਜ ਇਹ ਜਦੋਂ ਉਮੀਦਵਾਰ ਐਲਾਨੇ ਹੋਣਾ ਤਾਂ ਉਹ ਜ਼ਰੂਰ ਦੁਚਿੱਤੀ ਚ ਹੋਣਗੇ ਕਿ ਯਾਰ ਆਖਿਰ ਇਹ ਹਰਿੰਦਰ ਧਾਲੀਵਾਲ ਕੌਣ ਆ ਪਰ ਜੇ ਮੈਂ ਤੁਹਾਨੂੰ ਅਸਲ ਦੱਸਾਂ ਜਿਹੜੀ ਅੰਦਰਲੀ ਗੱਲ ਆ ਤਾਂ ਤਕਰੀਬਨ ਡੇਢ ਮਹੀਨੇ ਇੱਕ ਡੇਢ ਮਹੀਨਾ ਹੋ ਚੱਲਿਆ ਸੀ ਕਿਉਂਕਿ ਸ਼ੀਨੀਵਾਲ ਪਿੰਡ ਦਾ ਨੌਜਬਾਨ ਆ ਤੇ ਪਿੰਡ ਦੇ ਵਿੱਚ ਪਹਿਲੀ ਚਰਚਾਵਾਂ ਛੜਗੀਆਂ ਸੀ ਜਾਂ ਇਹਨਾਂ ਵੱਲੋਂ ਦੱਸ ਦਿੱਤਾ ਗਿਆ ਸੀ ਕਿ ਟੈਕਟ ਭਾਈ ਸਾਡੇ ਹਿੱਸੇ ਦੇ ਵਿੱਚ ਸਾਡੇ ਖੇਮੇ ਦੇ ਵਿੱਚ ਆ ਗਈ ਆ ਹੁਣ ਹਰਿੰਦਰ ਧਾਲੀਵਾਲ ਹੈ ਕੌਣਾ ਹਰਿੰਦਰ ਧਾਲੀਵਾਲ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਜਿਹੜੇ ਨੇ ਮੀਥਿਆਰ ਨੇ ਉਹਨਾਂ ਦਾ ਜੁੰਡੇ ਦਾ ਯਾਰ ਆ ਕਾਲਜ ਯੂਨੀਵਰਸਿਟੀ ਵੇਲੇ ਤੋਂ ਇਕੱਠੇ ਨੇ ਉਸ ਤੋਂ ਬਾਅਦ ਜਿਵੇਂ ਜਿਵੇਂ ਚੋਣ ਮੀਥਿਆਰ ਲੜਦੇ ਨੇ ਤਿਵੇਂ ਤਿਵੇਂ ਹਰਿੰਦਰ ਧਾਲੀਵਾਲ ਜਿਹੜੇ ਹੈਗੇ ਉਹਨਾਂ ਦੇ ਨਾਲ ਹੁੰਦੇ ਨੇ ਹਾਲਾਂਕਿ ਇਹ ਵੀ ਸੋਚਿਆ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਦੇ ਨਾਲ ਦਲਵੀਰ ਗੋਲਡੀ ਜਿਹੜੇ ਆ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ ਤੇ ਇਹ ਕਹਿੰਦੇ ਨੇ ਕਿ ਭਾਈ ਹੁਣ ਮੈਂ ਤਾਂ ਮੇਰਾ ਤਾਂ ਪੱਲਾ ਮਾਸਟਰ ਦੇ ਮੁੰਡੇ ਦਾ ਪੱਲਾ ਮਾਸਟਰ ਦੇ ਮੁੰਡੇ ਦੇ ਹੱਥ ਦੇ ਵਿੱਚ ਆ ਸਾਰੀ ਉਮਰ ਹੀ ਰਹੂਗਾ ਪਰ ਮੈਨੂੰ ਲੱਗਦਾ ਸ਼ਾਇਦ ਉਹ ਪੱਲਾ ਜਲਦੀ ਛੁੱਟ ਜੇ ਜਿਹੜੀਆਂ ਹੁਣ ਅਸਾਰ ਜਿਹੜੇ ਨਜ਼ਰ ਆਉਂਦੇ ਨੇ ਇਹ ਵੀ ਸੋਨ ਦੇ ਵਿੱਚ ਆਏ ਸੀਗੇ ਭਗਵਾਨ ਸਿੰਘ ਮਾਨ ਦਲਵੀਰ ਗੋਲਡੀ ਨੂੰ ਟਿਕਟ ਦੇ ਕੇ ਰਾਜ਼ੀ ਸੀ ਪਰ ਦਲਵੀਰ ਗੋਲਡੀ ਖੁਦ ਵੀ ਕਿਤੇ ਨਾ ਕਿਤੇ ਦੋ ਚਿੱਤੀ ਦੇ ਵਿੱਚ ਕਿਉਂਕਿ ਅੰਦਰੋਂ ਗੱਲਾਂ ਇਹ ਸਾਹਮਣੇ ਆਈਆਂ ਕਿ ਉਹ ਕਹਿੰਦੇ ਨੇ ਕਿ ਜੇਕਰ ਟਿਕਟ ਮਿਲਦੀ ਆ ਤਾਂ ਮੈਂ ਲੜਵੀ ਸਕਦਾ ਤੋ ਜੇ ਕਰ ਨਹੀਂ ਮਿਲਦੀ ਤਾਂ ਭਾਈ ਚੱਲ ਠੀਕ ਹੈ ਮਤਲਬ ਉਹ ਪੱਕੇ ਤੌਰ ਤੇ ਲੜਨ ਦੇ ਚਾਹਵਣ ਜਿਹੜੇ ਆ ਉਹ ਕੋਈ ਸ਼ੱਕ ਜਿਹੜਾ ਨਹੀਂ ਸੀ ਪਰ ਦੂਸਰੇ ਪਾਸੇ ਮੀਥੇਰ ਦਾ ਪਹਿਲੇ ਦਿਨ ਤੋਂ ਕਹਿੰਦੇ ਕਿ ਜ਼ੋਰ ਇਹ ਲੱਗਿਆ ਸੀ ਕਿ ਉਹ ਆਪਣੇ ਕਰੀਬੀ ਨੂੰ ਹੀ ਟ੍ਰੈਕਟਰ ਦਬਾਉਣਗੇ ਜਿਹਦੇ ਵਿੱਚ ਅਖੀਰ ਤੇ ਜਾ ਕੇ ਜਿਹੜੇ ਹੈਗੇ ਉਹ ਮੀਥੇਰ ਜਿਹੜੇ ਆ ਉਹ ਕਾਮਯਾਬ ਹੋਏ ਨੇ ਉਸ ਤੋਂ ਅੱਗੇ ਦੀ ਜੇਕਰ ਗੱਲ ਆਪਾਂ ਅ ਬਿਬ ਡੇਰਾ ਬਨਾਨਕ ਦੀ ਗੱਲ ਕਰਦੇ ਆ ਡੇਰਾ ਬਨਾਨਕ ਰੰਧਾਵਾ ਸਾਹਿਬ ਨੂੰ ਪਿਛਲੀ ਵਾਰੀ ਵੀ ਚੋਣ ਲੜਦੇ ਨੇ ਤੇ ਰੰਧਾਵਾ ਸਾਹਿਬ ਨੂੰ ਇਸ ਵਾਰੀ ਫਿਰ ਜਿਹੜੀ ਹੈਗੀ ਆ ਗੁਰਦੀਪ ਰੰਧਾਵਾਹ ਨੂੰ ਇਸ ਵਾਰੀ ਫਿਰ ਟਿਕਟ ਦਿੱਤੀ ਗਈ ਆ ਜੇ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਬਣਦਾ ਕਿ ਪਹਿਲਾਂ ਵੀ ਉਹਨਾਂ ਦੇ ਵੱਲ ਲੜੀ ਗਈ ਹੁਣ ਵੀ ਲੱਤੀ ਗਈ ਆ ਹੁਣ ਚੱਬੇਵਾਲ ਵੱਲ ਤੁਰਦੇ ਆ ਜੀ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਆਪਣੀ ਪਾਰਟੀ ਛੱਡ ਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਚੋਣ ਲੜਦੇ ਨੇ ਮੈਂਬਰ ਆਫ ਪਾਰਲੀਮੈਂਟ ਬਣਦੇ ਨੇ ਹੁਣ ਜ਼ਿਮਨੀ ਚੋਣ ਹੁੰਦੀ ਆ ਜ਼ਿਮਨੀ ਚੋਣ ਦੇ ਵਿੱਚ ਇੱਕ ਗੱਲ ਹੋਰ ਦੇਖਣ ਵਾਲੀ ਆ ਉਹਨਾਂ ਦੇ ਸੁਪੁੱਤਰ ਨੂੰ ਟਿਕਟ ਦਿੱਤੀ ਗਈ ਆ ਮਤਲਬ ਤੁਸੀਂ ਜਿਹੜੇ ਸਾਲੇ ਜੀਜੀ ਵਾਲੀਆਂ ਗੱਲਾਂ ਹੋਰ ਪਰਿਵਾਰਵਾਦ ਵਾਲੀਆਂ ਗੱਲਾਂ ਜਿਹੜੀਆਂ ਤੁਸੀਂ ਤੁਸੀਂ ਕਰਦੇ ਸੀ ਪਿਓ ਪੁੱਤ ਵਾਲੀਆਂ ਗੱਲਾਂ ਜਿਹੜੀਆਂ ਤੁਸੀਂ ਕਰਦੇ ਸੀ ਉਹ ਤਾਂ ਭਾਈ ਤੁਹਾਡੀ ਪਾਰਟੀ ਚ ਵੀ ਹੁਣ ਲੱਗੀਆਂ ਕੀ ਆਮ ਆਦਮੀ ਪਾਰਟੀ ਕੋਲੇ ਚੱਬੇਵਾਲ ਦੇ ਵਿੱਚ ਚ ਰਾਜਕੁਮਾਰ ਚੱਬੇਵਾਲ ਦੇ ਸੁਪੁੱਤਰ ਤੋਂ ਬਿਨਾਂ ਕੋਈ ਚੱਜਦਾ ਉਮੀਦਵਾਰ ਹੈ ਨਹੀਂ ਕਿ ਹੁਣ ਤੱਕ ਜਦੋਂ ਤੋਂ ਆਮ ਆਦਮੀ ਪਾਰਟੀ ਬਣੀ ਆ ਉਦੋਂ ਤੋਂ 214 ਦੀ ਗੱਲ ਕਰਗੇ ਉਸ ਤੋਂ ਪਹਿਲਾਂ ਦੀ ਗੱਲ ਕਰੇ ਕਿ ਉਦੋਂ ਤੋਂ ਚੱਬੇਵਾਲ ਪਰਿਵਾਰ ਨਾਲ ਰਿਹਾ ਜਾਂ ਫਿਰ ਕੀ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਉੱਥੇ ਕੋਈ ਵजूद ਹੀ ਹੈ ਨਹੀਂ ਸੀ ਜਦੋਂ ਰਾਜਕੁਮਾਰ ਚੱਬੇਵਾਲ ਆਉਂਦੇ ਆ ਵजूद ਉਹਦੀ ਬਣਦਾ ਤਾਂ ਕਰਕੇ ਉਹਦੇ ਸੁਪੁੱਤਰ ਨੂੰ ਜਿਹੜੀ ਹੈਗਾ ਟਿਕਟ ਦਿੱਤੀ ਜਾਂਦੀ ਆ ਹੁਣ ਕੀ ਇੱਥੇ ਆਮ ਲੋਕ ਨਿਰਾਸ਼ ਨਹੀਂ ਹੋਏ ਹੋਣਗੇ ਇੱਥੇ ਉਹ ਜਿਹੜੇ 214 ਦੇ ਵਿੱਚ ਦਰੀਆਂ ਛਾੜਦੇ ਰਹੇ ਆ ਜਿਹੜੇ 214 ਦੇ ਵਿੱਚ ਪੋਸਟਰ ਲਾਉਂਦੇ ਰਹੇ ਆ ਜਿਹੜੇ 214 ਦੇ ਵਿੱਚ ਝਾੜੂ ਚੱਕਦੇ ਰਹੇ ਆ ਜਿਹੜੇ 214 ਤੋਂ ਪਹਿਲਾਂ ਵੀ ਟੋਪੀਆਂ ਆਪਦੇ ਸਿਰ ਤੇ ਪਹਿਨਦੇ ਰਹੇ ਕਿਉਂ ਜਨਰਾਸ਼ ਨਹੀਂ ਹੋਏ ਹੋਣਗੇ ਕਿ ਭੀ ਹੋਰ ਪਾਰਟੀ ਦੇ ਵਿੱਚ ਲਿਆ ਕੇ ਪਹਿਲਾ ਬੰਦਾ ਸਾਡੇ ਸਿਰ ਤੇ ਥੋਪਦਾ ਉਹਨੂੰ ਟਿਕਟ ਦੇਤੀ ਹੁਣ ਫਿਰ ਟਿਕਟ ਦੇਣ ਦੇ ਲਈ ਉਸ ਦੇ ਸੁਪੁੱਤਰ ਨੂੰ ਅੱਗੇ ਕੀਤਾ ਗਿਆ ਤਾਂ ਇੱਥੇ ਵੀ ਸੁਭਾਵਿਕ ਤੌਰ ਤੇ ਚੱਬੇয়াল ਸਾਹਿਬ ਨੇ ਅੱਗੇ ਹੋ ਕੇ ਜਿਹੜੀ ਟਿਕਟ ਲਈ ਹੋਣੀ ਆ ਹੋਏ ਵੀ ਸਕਦਾ ਹੈ ਕਿ ਜਦੋਂ ਆਏ ਹੁਣ ਉਦੋਂ ਚੱਬੇਵਾਲ ਸਾਹਿਬ ਦੀਆਂ ਗੱਲਾਂ ਬਾਤਾਂ ਇਹੀ ਹੋਈਆਂ ਹੁਣ ਕਿ ਭਾਈ ਮੈਂਬਰ ਆਫ ਪਾਰਲੀਮੈਂਟ ਮੈਂ ਲੜੂੰਗਾ ਜਦੋਂ ਜਿਮਨੀ ਚੋਣ ਆਊਗੀ ਤਾਂ ਐਮਐਲਏ ਤੁਸੀਂ ਮੇਰੇ ਸੁਪੁੱਤਰ ਨੂੰ ਜਿਹੜੇ ਕੋ ਲੜਾ ਸਕਦੇ ਹੋ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਚੱਬੇਵਾਲ ਸਾਹਿਬ ਜਿਹੜੇ ਆ ਉਹ ਉਹ ਕਿਹੜੇ ਮੂੰਹ ਨਾਲ ਹੁਣ ਵੋਟਾਂ ਮੰਗਿਆ ਨੇ ਪਹਿਲਾਂ ਵੀ ਮੰਗੀਆਂ ਨੇ ਹਾਲਾਂਕਿ ਆਪਣੇ ਪਾਰਟੀ ਛੱਡਣ ਤੋਂ ਪਹਿਲਾਂ ਚੱਬੇਵਾਲ ਸਾਹਿਬ ਸਿਰ ਤੇ ਪੰਡ ਧਰਦੇ ਨੇ ਉਹਨੂੰ ਕਹਿੰਦੇ ਨੇ ਕਰਜ਼ੇ ਦੀ ਪੰਡ ਉਹ ਲੈ ਕੇ ਰੋਜ਼ ਪ੍ਰਦਰਸ਼ਨ ਕਰਦੇ ਨੇ ਮੀਡੀਆ ਦੀ ਮੀਡੀਆ ਦੇ ਵਿੱਚ ਜਿਹੜਾ ਸੁਰਖੀਆਂ ਵਟੋਰਦੇ ਨੇ ਕਹਿੰਦੇ ਨੇ ਇਸ ਸਰਕਾਰ ਨੇ ਤਾਂ ਕਰਜ਼ਾ ਬਹੁਤ ਚੜਾਤਾ ਇਹ ਗੱਲਾਂ ਨਿਪੜਦਾਂ ਨੇ ਉਸ ਤੋਂ ਬਾਅਦ ਸੰਗਠਣ ਲੈ ਕੇ ਜਿਹੜੇ ਹੈਗੇ ਆ ਮੀਡੀਆ ਦੀ ਕਵਰੇਜ ਹੁੰਦੀ ਆ ਉਹ ਸੁਰਖੀਆਂ ਫੇਰ ਵਟੋਰਦੇ ਨੇ ਕਿ ਭਾਈ ਸਾਡੇ ਚੱਬੇ ਵਾਲ ਦੇ ਵਿੱਚ ਐਨੇ ਸਕੂਲ ਖਾਲੀ ਪਏ ਨੇ ਆ ਖਾਲੀ ਪਿਆ ਉਹ ਖਾਲੀ ਪਿਆ ਥੋੜੇ ਦੇ ਦਿਨ ਬਾਅਦ ਪਤਾ ਲੱਗਦਾ ਕਿ ਛਾਲ ਜੀ ਮਾਰ ਕੇ ਫਿਰ ਆਮ ਆਦੀ ਪਾਰਟੀ ਦੇ ਵਿੱਚ ਵੀ ਆ ਜਾਂਦੇ ਨੇ ਤਾਂ ਮਤਲਬ ਗੱਲ ਇਹ ਹੈ ਕਿ ਚੱਬੇয়াল ਸਾਹਿਬ ਨੂੰ ਮੈਂ ਵੀ ਪੁੱਛਣਾ ਚਾਹਣਾ ਜਿਹੜੇ ਤੁਸੀਂ ਕਰਜ਼ੇ ਦੀ ਪੰਡ ਦੀ ਗੱਲ ਕਰਦੇ ਸੀ ਕੀ ਗੱਲ ਉਹ ਕਰਜ਼ੇ ਦੀ ਪੰਡ ਲੱਥ ਗਈ ਕਿਸੇ ਪਾਸੇ ਲਾਤੀ ਜਾਂ ਆਪ ਹੀ ਅੱਖੋਂ ਪਰੋਖੇ ਕਰਤੀ ਜਿਹੜੇ ਸਕੂਲਾਂ ਦੀ ਗੱਲ ਜਿਹੜੇ ਤੁਸੀਂ ਸੰਗਲ ਜੇ ਲੈ ਕੇ ਉਸੋ ਵੀ ਮੀਡੀਆ ਦੇ ਵਿੱਚ ਸੁਰਖੀਆਂ ਬਟੋਰੀਆਂ ਸੀ ਕੀ ਗੱਲ ਕਿੱਧਰ ਟੁੱਟ ਪੁੱਟ ਗਏ ਜਿਹੜੇ ਉਹ ਸੰਗਲ ਆ ਗਏ ਉਹ ਕਿੱਧਰ ਰਹਿ ਗਏ ਜਾਂ ਫਿਰ ਹੁਣ ਕੁਰਸੀ ਮਿਲ ਗਈ ਸੱਤਾ ਦੇ ਵਿੱਚ ਆ ਗਏ ਸੋਚਿਆ ਆਪ ਤਾਂ ਸਤਾ ਭੋਗ ਰਹੇ ਆ ਨਾਲ ਨਾਲ ਆਪਣੇ ਪਰਿਵਾਰ ਨੂੰ ਵੀ ਸਤਾ ਕਿਉਂ ਨਾ ਪਰਿਵਾਰ ਵੀ ਕਿਉਂ ਨਾ ਸਤਾ ਭੋਗੇ ਤੇ ਹੁਣ ਆਪਦੇ ਸੁਪੁੱਤਰ ਨੂੰ ਐਮਐਲਏ ਟਿਕਟ ਜਿਹੜੀ ਆ ਉਹ ਦਵਾਤੀ ਮਤਲਬ ਕੁੱਲ ਮਿਲਾ ਕੇ ਗੱਲ ਆ ਪਤਾ ਕੀ ਗੱਲ ਕਰਨ ਦਾ ਮੁੱਖ ਮਕਸਦ ਕੀ ਆ ਕਿ ਲੀਡਰਾਂ ਦੀਆਂ ਗੱਲਾਂ ਪਹਿਲਾਂ ਦੀਆਂ ਗੱਲਾਂ ਤੇ ਬਾਅਦ ਦੀਆਂ ਗੱਲਾਂ ਹੋਰ ਹੁੰਦੀਆਂ ਨੇ ਲੀਡਰ ਜੋ ਕਹਿੰਦੇ ਨੇ ਮੈਨੂੰ ਲੱਗਦਾ ਉਹ ਤਾਂ ਕਦੇ ਨਹੀਂ ਕਰਦੇ ਹਾਲਾਂਕਿ ਭਗਵਾਨ ਸਿੰਘ ਮਾਨ ਇਹ ਕਹਿੰਦੇ ਨੇ ਨਾ ਕਿ ਮੈਂ ਜੋ ਕਹਣਾ ਮੈਂ ਉਹੀ ਕਰਦਾ ਪਰ ਮੈਨੂੰ ਲੱਗਦਾ ਜੋ ਲੀਡਰ ਕਹਿੰਦੇ ਨੇ ਉਹ ਤਾਂ ਕਦੇ ਵੀ ਨਹੀਂ ਕਰਦੇ ਜੇਕਰ ਲੀਡਰ ਕਹਿੰਦੇ ਹੁੰਦੇ ਜੇਕਰ ਜੋ ਚੀਜ਼ਾਂ ਭਗਵੰਤ ਸਿੰਘ ਮਾਨ ਨੇ ਕਹੀਆਂ ਸੀ ਤਾਂ ਅੱਜ ਮੈਨੂੰ ਲੱਗਦਾ ਫਿਰ ਇੱਥੇ ਰਿਜ਼ਲਟ ਨਤੀਜੇ ਜਿਹੜੇ ਹੁਣ ਸੀ ਉਹ ਹੋਰ ਹੋਣੇ ਸੀ ਕਿਉਂ ਹੁਣ ਕਿਉਂਕਿ ਚਾਰ ਤੁਸੀਂ ਉਮੀਦਵਾਰ ਐਲਾਨੇ ਆ ਤਿੰਨ ਉਮੀਦਵਾਰ ਉਹਨਾਂ ਦੇ ਵਿੱਚੋਂ ਉਹ ਆ ਜਿਹੜੇ ਸਫਾਰਸ਼ੀ ਨੇ ਹੁਣ ਸਫਾਰਸ਼ੀ ਕਿਵੇਂ ਨੇ ਡਿੰਪੀ ਟੋਣ ਦੀ ਗੱਲ ਕਰ ਲਓ ਹੋਰ ਪਾਰਟੀ ਦੇ ਵਿੱਚੋਂ ਆਏ ਆਨਸਰ ਟਿਕਟ ਮਿਲਦੀ ਆ ਹਰਿੰਦਰ ਢਾਲੀਆਲ ਦੀ ਤੁਸੀਂ ਗੱਲ ਕਰ ਲਓ ਮੀਥਰ ਦੇ ਕਰੀਬੀ ਨੇ ਮੀਥਰ ਦੇ ਵੱਲੋਂ ਟਿਕਟ ਜਿਹੜੀ ਹੈਗੀ ਆ ਉਹ ਦਵਾਈ ਗਈ ਆ ਅਸ਼ਾਨ ਚੱਬੇয়াল ਦੀ ਗੱਲ ਕਰ ਲਓ ਰਾਜਕੁਮਾਰ ਚੱਬੇয়াল ਦੇ ਸੁਪੁੱਤਰ ਨੇ ਪਹਿਲਾਂ ਪਿਤਾ ਜੀ ਮੈਂਬਰ ਆਫ ਪਾਰਲੀਮੈਂਟ ਬਣਦੇ ਤੇ ਪੁੱਤਰ ਐਮਐਲ ਦੀ ਚੋਣ ਲੜਦਾ ਫਿਰ ਹੁਣ ਕਿਵੇਂ ਮੰਨ ਲੀ ਆ ਵੀ ਆਮ ਲੋਕਾਂ ਦੀ ਪਾਰਟੀ ਆ ਕਿਵੇਂ ਮੱਲੀ ਆਮਕਰਾਂ ਦੇ ਵਿੱਚ ਉੱਠ ਕੇ ਕੋਈ ਐਮਐਲਏ ਐਮਪੀ ਬਣ ਜਾਊਗਾ ਚਲੋ ਇਸ ਤੋਂ ਪਹਿਲਾਂ ਠੀਕ ਆ ਮੰਨ ਲਈ ਤੁਹਾਡੀ ਗੱਲ ਕਿ ਤੁਸੀਂ ਇੱਕ ਮੋਬਾਈਲ ਰਿਪੇਅਰ ਕਰਨ ਵਾਲੇ ਨੂੰ ਚਰਨਜੀਤ ਸਿੰਘ ਚੰਨੀ ਦੇ ਵਿਰੋਧ ਲੜਾਤਾ ਉਹ ਚਲੋ ਉਹ ਚੋਣ ਵੀ ਜਿੱਤਦੇ ਨੇ ਚੋਣ ਜਿੱਤ ਕੇ ਉਹ ਐਮਐਲਏ ਬਣਦੇ ਨੇ ਪਰ ਉਹ ਗੱਲਾਂ ਜਿਹੜੀਆਂ ਪਹਿਲਾਂ ਕਰਦੇ ਸੀ ਉਹ ਹੁਣ ਕਿੱਥੇ ਆ ਧਰਤੀ ਤੇ ਕਿੱਥੇ ਜੇ ਉਹ ਗੱਲਾਂ ਜਿਹੜੀਆਂ ਨੇ ਕਿੱਥੇ ਜੇ ਦਿਖਾਈ ਦਿੰਦੀਆਂ ਨੇ ਤਾਂ ਹੁਣ ਮੁੱਖ ਤੌਰ ਤੇ ਇਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁਕਾਬਲਾ ਦੇਖਣ ਵਾਲਾ ਹੋਊਗਾ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਡਿੰਪੀ ਢਿੱਲੋਂ ਹਰਾਂ ਦਾ ਸੁਪਨਾ ਸੱਚ ਹੁੰਦਾ ਜਾਂ ਨਹੀਂ ਹੁੰਦਾ ਕਿਉਂਕਿ ਡਿੰਪੀ ਢਿੱਲੋਂ ਮੈਦਾਨ ਦੇ ਵਿੱਚ ਆ ਗਏ ਨੇ ਥੋੜੇ ਦਿਨਾਂ ਦੇ ਵਿੱਚ ਕਾਂਗਰਸ ਦੇ ਵੱਲੋਂ ਵੀ ਉਮੀਦਵਾਰ ਲਾਣ ਦੇਣਾ ਹੈ ਜਿਸ ਤਰ੍ਹਾਂ ਦੇ ਨਾਲ ਅਮਰਤਾ ਬੜਿੰਗ ਜਿਹੜੇ ਆ ਉਹ ਪਿੰਡੋਂ ਪਿੰਡੀ ਘਰੋ ਘਰੀ ਜਿਹੜੇ ਜਾਂਦੇ ਨਜ਼ਰ ਆਉਂਦੇ ਨੇ ਤਾਂ ਚਰਚੇ ਉਹਨਾਂ ਦੇ ਵੀ ਨੇ ਭਾਜਪਾ ਦੀ ਗੱਲ ਕਰ ਲਈਏ ਤਾਂ ਮਨਪ੍ਰੀ ਬਾਦਲ ਦੇ ਚਰਚੇ ਜਿਹੜੇ ਸਿਖਰਾਂ ਤੇ ਨੇ ਉਸ ਤੋਂ ਅੱਗੇ ਜਗ ਲਗਭਗ ਤੈ ਆ ਕਿ ਸ਼ਾਇਦ ਉਹ ਲੜ ਸਕਦੇ ਨਹੀਂ ਕਿਉਂਕਿ ਉਹ ਪਿੰਡੋਂ ਪਿੰਡੀ ਘਰੋ ਘਰੀ ਜਾਣਾ ਉਹਨੇ ਸ਼ੁਰੂ ਕਰਤਾ ਹੁਣ ਸਵਾਲ ਸ਼ਰੋਮਣੀ ਕਲਦਲ ਤੇ ਖੜਾ ਹੁੰਦਾ ਕਿ ਆਊਗਾ ਕੌਣ ਲੜੂਗਾ ਕੌਣ ਪਰ ਜੇ ਮੈਂ ਚਾਰੇ ਮੁਕਾਬਲਿਆਂ ਦੀ ਗੱਲ ਕਰਾਂ ਤਾਂ ਚਾਰੇ ਮੁਕਾਬਲਿਆਂ ਦੇ ਵਿੱਚ ਉਹ ਦੇਖਣ ਵਾਲਾ ਮੁਕਾਬਲਾ ਤੇ ਜਿਹਨੂੰ ਇਹ ਕਹੀਏ ਨਾ ਕਿ ਘੈਂਟ ਮੁਕਾਬਲਾ ਅਸਲ ਮੁਕਾਬਲਾ ਉਹ ਗਿੱਦੜ ਵੇ ਦੇ ਵਿੱਚ ਹੋਣ ਵਾਲਾ ਉਹ ਗਿੱਦੜ ਵੇ ਦੇ ਵਿੱਚ ਪੂਰੀ ਗਹਿਗਾਚ ਲੜਾਈ ਜਿਹੜੀ ਆ ਹੋਣ ਵਾਲੀ ਆ ਪਰ ਇੱਥੇ ਇਹ ਵੀ ਸਵਾਲ ਆ ਕਿ ਡਿੰਪੀ ਟੱਲੋਂ ਟਿਕਟ ਤਾਂ ਲੈ ਗਏ ਕਿ ਡਿੰਪੀ ਟੱਲੋਂ ਜਿਹੜੇ ਉਮੀਦਵਾਰ ਸੀ ਜਿਹੜੇ ਉਮੀਦ ਦਾਵੇਦਾਰ ਸੀ ਜਿਹੜੇ ਪਾਸ ਪਾਸੇ ਪਾਸੇ ਦਾਵੇਦਾਰ ਤੁਰੇ ਫਿਰਦੇ ਸੀ ਆਮ ਆਦਮੀ ਪਾਰਟੀ ਦੀ ਕਈ ਦਾਵੇਦਾਰ ਤੁਰੇ ਫਿਰਦੇ ਸੀ ਕਿ ਉਹਨਾਂ ਨੂੰ ਆਪਦੇ ਨਾਲ ਤੁਰਨ ਦੇ ਵਿੱਚ ਕਾਮਯਾਬ ਹੋਣਗੇ ਡਿੰਪਿਟਲੋਂ ਆਏ ਨੇ ਕਿ ਡਿੰਪਿਟਲੋਂ ਸ਼੍ਰੋਮਣੀ ਕਲਦਲ ਦੀ ਕਿੰਨੀ ਕੁ ਵੋਟ ਆਪਣੇ ਨਾਲ ਜਿਹੜੇ ਲੈ ਕੇ ਆਏ ਤੇ ਕਿੰਨੀ ਕੁ ਵੋਟ ਆਪਣੇ ਨਾਲ ਜਿਹੜੇ ਹੈਗੇ ਆ ਉਹ ਲਜਾਣਗੇ ਹੁਣ ਜਿੱਤ ਕੀਦੇ ਹਿੱਸੇ ਆਉਂਦੀ ਆਉਣ ਵਾਲਾ ਸਮਾਂ ਦੱਸੂਗਾ ਪਰ ਗੱਲ ਇਹ ਹੋਆ ਕਿ ਆਮਕਰਾਂ ਦੇ ਕਾਕਿਆਂ ਦੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਆਮ ਨਹੀਂ ਰਹੀ ਇਹ ਹੁਣ ਖਾਸ ਹੋ ਗਈ ਆ ਹੁਣ ਟਿਕਟਾਂ ਖਾਸ ਦੇ ਹਿੱਸੇ ਜਾਂਦੀਆਂ ਨੇ ਹੁਣ ਐਮਐਲਏ ਸ਼ਿਪਾਂ ਖਾਸ ਦੇ ਹਿੱਸੇ ਜਾਂਦੀਆਂ ਨੇ ਹੁਣ ਐਮਪੀ ਸ਼ਿਪਾਂ ਜਿਹੜੀਆਂ ਉਹ ਵੀ ਖਾਸ ਦੇ ਹਿੱਸੇ ਜਿਹੜੀਆਂ ਉਹ ਜਾਂਦੀਆਂ ਨੇ